ਹੈਲੋ एवरीवन ਵੈਲਕਮ ਟੂ ਥਿਸ ਚੈਨਲ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ ਕਿ ਤਾਲੀ ਕਾਡ ਜਿਹੜੀ ਭਰਤੀ ਸੀ ਆਪਣੀ ਮਾਸਟਰ ਕੈਡਰ ਦੀ ਉਸ ਦੇ ਉੱਪਰ ਕੋਰਟ ਕੇਸ ਚੱਲਿਆ ਸੀਗਾ ਤੇ ਜਿਹੜਾ ਨਵਾਂ ਰਿਜ਼ਲਟ ਸੀਗਾ ਆਪਾਂ ਨੇ ਜੀਐਨਯੂ ਦੀ ਅਨਸਰ ਕੀ ਦੇ ਅਕੋਰਡਿੰਗ ਹੀ ਬਣਾਇਆ ਜਾਣਾ ਸੀਗਾ ਬਿਕੋਜ਼ ਪੁਰਾਣੀ ਅਨਸਰ ਕੀ ਇਸ ਕਾਫੀ ਸਾਰੇ ਗਲਤੀਆਂ ਸੀਗੀਆਂ ਤਾਂ ਸਭ ਨੂੰ ਪਤਾ ਹੀ ਹੈ ਸਟੂਡੈਂਟਸ ਨੂੰ ਕਿ ਡਿਪਾਰਟਮੈਂਟ ਦੇ ਅੰਦਰ ਕਾਫੀ ਟਾਈਮ ਤੋਂ ਅਨਸਰ ਕੀ ਰਿਵਾਈਜ਼ ਕਰਨ ਦਾ ਕੰਮ ਚੱਲ ਰਿਹਾ ਸੀਗਾ ਤੇ ਹੁਣ ਸਾਰੀਆਂ ਸਬਜੈਕਟਸ ਦਾ ਜਿਹੜਾ ਆਨਸਰ ਕੀ ਰਿਵਾਈਜ਼ ਹੋ ਕੇ ਉਪਪਾਯਤਾ ਹੀ ਹੈਗਾ ਮੈਸ ਨੂੰ ਕੱਟਆਫ ਦੇ ਦੇਣਾ ਹੈ ਬਾਕੀ ਸਾਰੀਆਂ ਜਿਹੜੀ ਪੀਡੀਐਫ ਨੇ ਤੁਸੀਂ ਆਫੀਸ਼ੀਅਲ ਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਜਿਹੜਾ ਵੀ ਤੁਹਾਡਾ ਰਿਸਪੈਕਟਿਵ ਸਬਜੈਕਟ ਹੋਏਗਾ ਮੈਥ ਦੇ ਅੰਦਰ ਮੋਸਟਲੀ ਸਟੂਡੈਂਟਸ ਨੇ ਮਾਰਕਸ ਇਨਕਰੀਜ਼ ਹੋਏ ਨੇ ਬਿਕੋਜ਼ ਮੈਥ ਦੇ ਅੰਦਰ ਕਿਸੀ ਕਾ ਕਾਫੀ ਸਾਰੇ ਕੁਐਸਚਨ ਗਲਤ ਸੀਗੇ ਤਾਂ ਕਾਫੀ ਸਾਰੇ ਡਰਾਸਟਿਕ ਚੇਂਜ ਆਇਆ ਮੈਥ ਦੇ ਅੰਦਰ ਉਸ ਤੋਂ ਇਲਾਵਾ ਮੈਸ ਨੂੰ ਕੱਟਆਫ ਦਾ ਹੀ ਦੇ ਦੇਣਾ ਬਾਕੀ ਤੁਸੀਂ ਨੋਟੀਫਿਕੇਸ਼ਨ ਪੜ੍ਹ ਸਕਦੇ ਹੋ ਵੀਡੀਓ ਨੂੰ ਪਾਉਜ਼ ਕਰਕੇ ਜਾਂ ਆਫੀਸ਼ੀਅਲ ਸਾਈਟ ਤੋਂ ਡਾਊਨਲੋਡ ਠੀਕ ਕਰਮ ਹਾਈਲਾਈਟ ਕਰ ਦਾਂ ਤੁਹਾਡੇ ਲਈ ਜਿਸ ਤਰ੍ਹਾਂ ਆਪਣੇ ਕੋਲ ਸਭ ਤੋਂ ਪਹਿਲਾਂ ਠੀਕ ਹੈ 10 ਅਪ੍ਰੈਲ ਨੂੰ ਆਪਣੇ ਕੋਲ ਜਿਹੜੀ ਹੈਗੀ ਠੀਕ ਹੈ ਇੰਨੇ ਕਟ-ਆਫ ਆਲ ਨੇ ਠੀਕ ਹੈ ਨਾ ਇਹ ਆਪਣੇ ਕੋਲ ਹੈਗੀ ਹੈਗੀ ਸਬਜੈਕਟ ਮੈਥ ਦੀ ਠੀਕ ਹੈ ਨਾ ਮੈਥ ਦੇ ਠੋੜੀ 10 ਤਰੀਕ ਨੂੰ ਸਕਰੂਟਣੀ ਹੈ ਉਸ ਤੋਂ ਬਾਅਦ ਸਾਇੰਸ ਦੀ ਸਕਰੂਟਣੀ ਕਟ-ਆਫ ਦੇਖ ਲਓ ਆਪਣੀ ਠੀਕ ਹੈ ਓਪਨ ਕੈਟਾਗਰੀ ਚ 85 ਪਲੱਸ ਵਾਲੇ ਸਾਰੇ ਬਲਾਏ ਨੇਗੇ ਤੇ EWS ਚ 81 ਤੋਂ ਲੈ ਕੇ 84 ਤੱਕ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ SST ਦੀ ਉਸ ਦੀ ਵੀ 10 ਚਾਰ ਨੂੰ ਹੈ ਇਹ ਕਟਆਫਸ ਨਹੀਂ ਗਈਆਂ ਉਸ ਤੋਂ ਇਲਾਵਾ ਆਪਣੀ ਹਿੰਦੀ ਸਬਜੈਕਟ ਦੀ ਇਹ ਵਾਲੇ ਕਟਆਫਸ ਤੇ ਗਈਆਂ ਤੇ ਨੈਕਸਟ ਹੈ ਆਪਣੇ ਕੋਲ ਪੰਜਾਬੀ ਸਬਜੈਕਟ ਠੀਕ ਹੈ ਪੰਜਾਬੀ ਸਬਜੈਕਟ ਚ ਕਾਫੀ 에ਰਰ ਸੀ ਗਿਆ ਤਾਂ ਹੁਣ ਇਸ ਦਾ ਵੀ ਅਨਸਰ ਕੀ ਹੋਗੀ ਰਿਵਾਈਜ਼ ਹੋ ਕੇ ਗਈ ਠੀਕ ਹੈ ਜਨਰਲ ਕੈਟਾਗਰੀ ਚ 139 ਪਲੱਸ ਵਾਲੇ ਬੁਲਾਏ ਨੇ ਤਾਂ ਦੇਖ ਲਓ ਕਿੰਨਾ ਕੰਪੀਟੀਸ਼ਨ ਵਾਧ ਰਿਹਾ ਹੈ ਕਿ 139 ਪਲੱਸ ਵਾਲੇ ਸਟੂਡੈਂਟਸ ਨੂੰ ਬੁਲਾਇਆ ਜਾਏਗਾ ਪੰਜਾਬੀ ਦੇ ਅੰਦਰ ਓਪਨ ਕੈਟਾਗਰੀ ਦੇ ਅੰਦਰ ਗੱਲ ਕਰ ਰਹੇ ਹਾਂਗਾ ਤਾਂ ਹੁਣ ਦੇਖ ਲਓ ਮੈਂ ਜਨਰਲ ਸਾਇੰਸ ਤੇ ਮੈਥਡਿਟਿਚ ਕਰਦਾਗਾ ਸਾਇੰਸ ਟੀਚ ਕਰਦਾ ਤਾਂ ਜਿਹੜੇ ਵੀ ਸਟੂਡੈਂਟਸ ਨੇ 85 ਪਲੱਸ ਮਾਰਕਸਾਰੇ ਨੇ 85 ਜਾਂ 85 ਪਲੱਸ ਕੈਂਡੀਡੇਟਸ ਆਫ 올 ਕੈਟੇਗਰੀਜ਼ ਵਿਦ ਮਾਰਕਸ 85 অর ਉਪ ਠੀਕ ਹੈ 85 ਵਾਲੇ ਵੀ ਨਹੀਂ ਜਾਣੇ 85 ਤੋਂ ਪਲੱਸ ਵਾਲੇ ਇੰਦੇ ਸਾਰੇ ਨੇ ਜਾਣਾ ਓਪਨ ਕੈਟੇਗਰੀ ਦੇ ਅੰਦਰ ਇਕਨੋਮਿਕਲੀ ਵੀਕ ਕੰਸੈਕਸ਼ਨ ਦੇ ਅੰਦਰ 81 ਤੋਂ ਲੈ ਕੇ 84 ਤੱਕ ਐਸ ਸੀ ਆਰਓ ਨੇ ਕਾਟ 61 ਤੋਂ ਲੈ ਕੇ 84 ਤੱਕ उस तो इलावा बीसी कैटेगरी ने सैवनटी एट तो लैके एटी फोर तक मतलब सारा आंसर कि हूँ अपना रिवाइज आएगा तो रिवाइज़ फाइनल रिजल्ट आएगा ठीक है ना क्योंकि पिछले जरा रिजल्ट से का, काफ़ी सारे गलतियाँ सियाँ चलो थोड़ा सा लेट होगी भर्ती बट हूँ फाइनली जो अपने कोैक्ट आंसर की इस द अकॉर्डिंग फाइनल मेरिट बनेगी आई होप सभी वी भीडियो क्लीयर होनी बाकी जो कोई लेटेस्ट खबर चाहिए तो तीन ऑफिशियल साइट में विजिट कर सदते होते सारे जो डॉकूमेंट्स ने ऑफिशियल साइट से पे हैं उस डाउनलोड कर थैंक यू फॉर वॉचिंग दिस